ਤਾੜੀਆਂ ਤਾਂ ਕਰਨਾ ਲੇਕਿਨ ਦਾਇਮ ਸਾਥੀ ਕਾਟੀ ਹੈ ਅੱਜ ਹੀ ਦੱਸਣੇ ਪਏ ਸਰਕਾਰ ਫਰਮਾਣਗੇ ਨਾ ਮੈਂ ਜ਼ੁਲਮ ਕਰਨਾ ਨਾ ਮੈਂ ਜ਼ੁਲਮ ਕਰਨਾ ਨਾ ਮੈਂ ਰਹਿਮ ਕਰਨਾ ਨਾ ਮੈਂ ਜ਼ੁਲਮ ਕਰਨਾ ਨਾ ਮੈਂ ਰਹਿਮ ਕਰਨਾ ਨਾ ਵਫਾ ਕਰਨਾ ਨਾ ਜਫਾ ਕਰਨਾ Thank you.
ਨਾ ਬੜਾ ਪਿਆਰਾ ਕੌਲ ਕੀ ਯਾਦ ਆਇਆ ਕਿ ਸਾ ਬਜ਼ੁਰਗ ਨੇ ਫਰਮਾਇਆ ਕਿ ਸਾਹਮਣੇ ਜਿਹੜਾ ਬੰਦਾ ਬੈਠਾ ਹੋਇਆ ਨਾ ਜਾਂ ਸਾਹਮਣੇ ਜਿਸ ਮਤਲਬ ਕੀਤਾ ਹੋਇਆ ਉਸ ਨਾਲ ਐਸੀ ਗੁਫ਼ਤਗੂ ਨਾ ਕਰੋ ਜਿਹੜੀ ਉਸਕੀ ਪਤਾ ਹੀ ਨਾ ਲਗਾ ਇੱਕ ਦੁਆ ਹਜ਼ਰਤ ਉਮਰ ਫਾਰੂਕ ਸਰਕਾਰ ਫਰਮਾਉਣੇ ਕਿ ਤਾਲਬੇ ਦੁਨੀਆ ਕੋ ਇਲਮ ਸਿਖਾਨਾ ਡਾਕੂ ਕੇ ਹਾਥ ਮੇਂ ਤਲਵਾਰ ਦੇਣਾ ਹੈ ਇਸ ਵਾਸਤੇ ਠਣ ਠਣ ਗੋਪਾਲ ਨਾ ਜਾਣ ਸਕੇ ਮੁਜਦਿਰ ਕਲਬ ਹੈ ਠੋਰ ਠਾਮ ਤੇਰਾ ਠਣ ਠਣ ਇਹ ਜਿਹੜੀ ਸਕੂਲ ਆਈ ਘੰਟੀ ਨਹੀਂ ਹੋਣੀ ਟਨ ਟਨ ਹੋਣੀ ਜਿਸਨੀ ਉਸਕੀ ਠਣ ਠਣ ਆਖਣੇ ਗੋਪਾਲ ਉਹ ਹਿੰਦਵਾਨਾ ਦਈਆਂ ਪਾ ਲਿਆ ਨਾ ਜਿਸਕੀ ਆਖਣੇ ਠੋਰ ਜਿੱਥੋਂ ਗੁਜ਼ਰ ਵੈ ਠਾਮ ਜਿੱਥਾ ਕਿਆਮ ਵੈ ਲੇਕਿਨ ਇਹ ਮੋਮਨ ਕੀ ਪਤਾ ਆ ਉਹਨਾਂ ਹੀ ਕਿਆ ਪਤਾ ਆ ਕਿਉਂਕਿ ਅੱਲਾ ਮੋਮਨਾਂ ਨੇ ਦੇਰੀ ਵਸਣਾ ਰਾਜੇ ਅਬਰਾਹਿਮ ਸਾਹਿਬ ਇੱਕ ਬੜੀ ਪਿਆਰੀ ਗੱਲ ਕੀਤੀ ਸੀ ਜਿੱਥੇ ਇਸ਼ਕ ਹੋਇਆ ਉੱਥੇ ਕਾਬਾ ਆਉਣਾ ਜਿੱਥੇ ਕਾਬਾ ਹੋਇਆ ਉੱਥੇ ਰੱਬ ਆਉਣਾ ਵੈਸੇ ਤਾਂ ਕੁਦਰਤ ਦੇ ਬਾਰੇ ਹਰ ਜਗ੍ਹਾ ਮੌਜੂਦ ਹੈ ਨਾ ਉਹ ਮੁਰਾਦ ਤੂੰ ਇਹ ਆ ਕਿ ਜਿੱਥੇ ਇਸ਼ਕ ਹੋਇਆ ਤੂੰ ਮੁਰਾਦ ਕਹਿ ਕੇ ਅੱਲਾ ਨੇ ਯਾਦ ਜਿਸ ਦਿਲ ਵਿੱਚ ਅੱਲਾ ਨੇ ਯਾਦ ਨਾ ਵੈ ਕਿਉਂਕਿ ਸਦਾ ਕਲਬ ਵਿੱਚ ਇੱਕ ਦਿਨ ਯਾਦ ਰਿਹਾ ਸੀ ਜੇ ਜਦੋਂ ਮੈਂ ਤਾਂ ਰਹਿਮਾਨ ਦਾ ਨਹੀਂ ਕਾਬਰ ਬੰਦਗੀ ਫਿਸਕੋ ਫਜੂਰ ਤੇਰੀ ਤਾਬੇਦਾਰ ਕਰ ਆਖਰ ਜ਼ਮਾਨ ਦਾ ਨਹੀਂ ਤੋ ਉਹ ਕਹਿ ਗੁਰੀ ਸਾਹਿਬ ਬਣੇ ਅਰਸ਼ੇ ਅਕਬਰ ਮਲ ਬੈਂਦਾ ਜੇ ਜਾ ਕਾਫਰ ਅਰਸ਼ੇ ਅਕਬਰ ਮਲ ਬੈਂਦਾ ਜੇ ਜਾ ਕਾਫਰ ਨਾਈ ਬਿਰਦ ਆਉਂਦਾ ਅੱਛੀ ਗੱਲ ਰਾਜ ਸਾਹਿਬ ਨੇ ਕੀਤੀ ਹੁਣ ਚੁੱਕੇ ਅਸਾਂ ਨਾ ਉਮਰ ਨਾਲ ਹਿਸਾਬ ਸ਼ੁਰੂ ਹੋ ਗਿਆ ਕਿ ਸਾਡਾ ਦਿਲ ਕਰਨਾ ਕਿ ਪੱਕੀਆਂ ਪੱਕੀਆਂ ਗੱਲਾਂ ਵੈਣ ਨਸਰ ਹੋਵੇ ਜਾਂ ਨਜ਼ਮ ਹੋਵੇ ਉਹ ਅੱਗੇ ਇੱਕ ਨਿਕਾਹ ਅਸਾਂ ਨਾ ਅਜ਼ੀਜ਼ ਹੈ ਰਤਾਲੇ ਤੋਂ ਤਸ਼ਰੀਫ ਲੈ ਰਹੇ ਅਤੇ ਉਹ ਮਾੜੇ ਪਰ ਸਵਾਲ ਕਰਨਾ ਬਈ ਜਿਹੜਾ ਪਹਿਲੀ ਉਮਰਾਂ 'ਚ ਬੰਦਾ ਕਿਆ ਕਰਨਾ ਪਿਛਲੀ ਉਮਰਾਂ 'ਚ ਕਿਆ ਕਰਨਾ ਮੈਂ ਉਸ ਕਿਹਾ ਮੈਂ ਮਿਲੀ ਜੁਲੀ ਇੱਕ ਦਲੀਲ ਪੇਸ਼ ਕੀਤੀ ਬਹਰਹਾਲ ਇਹ ਗੱਲਾਂ ਬੜੀਆਂ ਲੰਮੀਆਂ ਛਿੜ ਜਾਣ ਤਾਂ ਫਿਰ ਪਿੱਛੇ ਮੁੜਨੀਆਂ ਨਹੀਂ ਅੱਲਾ ਫਰਮਾਨਾ ਪੜ੍ਹੇ ਲਿਖੇ ਸਾਥੀ ਬੈਠੇ ਹੋ ਆਪਣੇ ਬਾਰੇ ਵਿੱਚ ਨਖਲੋ ਅਕਰਬੋ ਅਲੈਹੀ ਮਿਨ ਹਬਲ ਅਲ ਬਰੀਦ ਮੈਂ ਤੁਹਾਡੀ ਸ਼ਾਹਰਾਗ ਤੋਂ ਕਰੀਬ ਹਾਂ ਠੀਕ ਹੈ ਲੇਕਿਨ ਮਕਾਮ ਨਹੀਂ ਦੱਸਿਆ ਬੈਨ ਅਲ ਮਰਹੀ ਵਕਲਬੇ ਹੀ ਤੁਹਾਡੇ ਔਰ ਤੁਹਾਡੇ ਦਿਲ ਦੇ ਦਰਮਿਆਨ ਪਤਾ ਕੋਈ ਨਹੀਂ ਕਿਉਂਕਿ ਜਿਸ ਵੇਲੇ ਤੁਸੀਂ ਉਸਨੀ ਜ਼ਾਤ ਕੀ ਕਿਸੇ ਜੇਤ ਮੁਕਰਰ ਕਰਸੋ ਕਿਸੇ ਮੁਕਾਮ ਤੇ ਮੁਕਰਰ ਕਰਸੋ ਫਿਰ ਤੁਸੀਂ ਸਮਝਾ ਲਿਓ ਕਿਆ ਹੋਈ ਜਾਣਾ ਠੀਕ ਹੈ ਜੀ ਤੇ ਬਾਬਾ ਦਾਇਮ ਇਕਬਾਲ ਸਰਕਾਰ ਲਿਖਦੇ ਨੇ ਇਹ ਕਰ ਰੱਬ ਦਾ ਏ ਇਹ ਦਿਲ ਟੁੱਟਿਆ ਕਰ ਰੱਬ ਦਾ ਏ ਇਹ ਦਿਲ ਟੁੱਟਿਆ ਮੈਨੂੰ ਐਸ ਵਿੱਚ ਝਾਤੀਆਂ ਪਾਉਂਦੀ ਉਹ ਤੁਸਾਂ ਫੇਰੇ ਤਸਵੀਰ ਏਰ ਫੇਰ ਅੰਦਰ ਮੈਨੂੰ ਉਹ ਤੁਸੀਂ ਨਿਕਲ ਜ਼ਬਾਨਾਂ ਨਾਲ ਕਰੇ ਸਾਰੇ ਸਾਨੂੰ ਕਰਦੀ ਉਹ ਤੁਸੀਂ ਪੜੇ ਨਮਾਜ਼ਾਂ ਤਲੀਏ ਜੰਨਤ ਸਾਨੂੰ ਤਾਂ ਹੋਰ ਕਿਆ ਕਰੋ ਇਨਸਾਨ ਆਪਣੀ
के रगे जान तू इतना करीब कर है पहुंच सकी नहीं अकले ना काम सिया निकले काफले लखा तलाश अंदर गुम होए ना ओगे ना काम सिया अंतरानी दा जिथु खिताब करना है दावत दीप पहरे दीप की भी दावत है आम उस जा जिथे पहुंचे ना पाले जबरील खावर मिलिया इश्क नु तेरे मकाम सिया शेरा ने फरमाइश है साढ़े भाई है तारक दीप साहब इन्होंने शेर है ते फरमाइश करने है राजा जहीर क्यानी साहब राजा तनवीर क्यानी साहब राजा आमर क्यानी साहब खालिद मसूद क्यानी साहब जनाब तारक गुजर साहब राजा रजाक साहब सऊदी अरब और उसके बाद अच्छा ठीक है नवीद क्यानी साहब सऊदी अरब ग्रुप अच्छा सऊदी अरब शेर ग्रुप पिछा लिखा उन्हें मैं हाँ पता लिखा सीनियर ग्रुप पर पता मुझे शेर ग्रुप मैं थोड़ी नजर भी कमजोर ही नजदीक नहीं इस वास्ते मैं अपना सारा के ना बैठा तो शेर जनाब तारक मुगल रिंद साहब ना तो सारे पेश है सरकार ने है बिना तेरी तस्वीर अंदर है बिना तेरी तस्वीर अंदर आपे बोलना तेरी जुबान बने मोती मला ऐस तू वड्डा कसूर कीए वो दीवाने जात कदीम रब दी देर दस खुदा का नूर कीए सूफी अब्दुल रहीम दीवाना लाहौरी उन्होंने अपना ख्याल सरकार लिखते ने जिदा हो बेला गारियो बिच परे जिदा हो बेला गारियो बिच परे Bye.
مہمان ہیں ایک صحابی آپ نے لیٹ آئے تھوڑی دیر نہ لائے آقا علیہ السلام بڑی محبت فرمانے سن اس صحابی نال جڑے لیٹ آئے تے نبی پاک علیہ السلام نے اپنی چادر مبارک اس اپنے صحابی کی طرف بھیجی کہ اے چادر اجلی نو دیو اجلی رضی اللہ تعالیٰ عنہ نو کہ وہ تھلے بچھان تے اوتے بیٹھ جان کیونکہ تھوڑے لیٹ آئے نے جگہ نہیں ملی انہیں اجلی رضی اللہ تعالیٰ عنہ نے ایک چادر اٹھائی سب سے پہلے اس کی چمیا پھر اکھن لایا کہ عرض کیتی یا رسول اللہ علیہ السلام میری ضرورت ہے اجلی کی ضرورت ہے کہ تسی چادر کی تھلے بچھائی تو پربھو ہے گل سمجھ آئی نے یہ محبت نہ تقاضا نسبت نہ تقاضا اگر کریم آقا علیہ السلام میں چادر چمنا شرک نہیں نہ ہی شرک نہ فتوا کسی پوچھا تو نہ ہی شرک نہ فتوا کسی دیتا ہے اس چادر مبارک نے نسبت ہے رسول اللہ علیہ السلام کی ذات نہ وہ چمنے نہ شرک ہویا نہ کسی شرک نہ فتوا دیتا یہ چادر چمنا شرک نہیں یا آقا علیہ السلام نہ نام مبارک چمنا شرک نہیں ہو سکتا ٹھیک ہے یہ مستحب عمل ہے اور مستحب عمل کی جڑا بندہ آکھا ہے ٹھیک نہیں تو سمجھو وہ ٹھیک نہیں جڑا آکھنا ہویا ٹھیک ہے میں ایک پیغام پہنچانا سی کریم علیہ السلام و سلام کے شان میں صوفی اندر ایک دیوانا لاہوری سے کہا میں شیر میں سنا سا معراج میں جبریل سے کہنے لگے شاہ امم تم نے تو دیکھا ہے جہاں بدلاؤ تو کیسے ہیں ہم روح الامی کہنے لگے اے مائی جبین تیری قسم افا کہا کر دیدہ ہم میرے بتاں بر دیدہ ہم بس یارے خوبان دیدہ ہم لیکن تو چیزیں دی کریں جبریل علیہ السلام فرمانے کملی والیا زمین و آسمان نے چکر کٹے بڑے بڑے سونے تکے پر کسانے نالے نہ کوئی نہیں دگیا کہ عبدالرحیم دیوانہ لاہوری ترجمانی کرنے نے اس گل دی کس طرح کرتے نے اے تاسو تعالیٰ فرمانے اصحابہ اکرام کی قرآن وچ ہے اقبال قرآن وچ ہے کہ میرے محبوب نے مجلس وچ اپنی آوازاں پست رکھے تھلے رکھے آئے یہ نہ میں اگر اچھا بولا نہ تو میں تسر نیک عمر جڑے ہوئے وہ ضائع کر سکتا تجھے خبر تک نہ ہے اتنا محبوب نہ ادب کہ بھائی حضور نے محفل وچ بہن بھی عبادت ہے کیونکہ سرکار کو سب کچھ ملیا نا بڑا سونا دیوانے صاحب نے شیر بھائی کیا جا کوئی دیکھا ہی کس طرح کوئی دیکھا ہے ایک صحابی سے تو نبی پاک ال مسجد ہی بیٹھے ہوئے چودھویں رات نہ چند وہ صحابی کدا چند نہ تکڑے کدا نبی پاک نہ تکڑے کدا چند نہ تکڑے کدا نبی پاک نہ تکڑے آخر انہیں فیصلہ کرنا پیا کہ حضور جڑا وہ چند کو سونے اس واسطے ایک بڑا پیارا شعر آیا وہ ویسے پرانا شعر آ لیکن اس نے بھی لفظ کرے کہ انور صاحب ایسے لائے کہ ساری زندگی پڑھو تو ہر واری نمو ہی ہونا ہاتھ کر سکی نے وہ کیڑا تیری رفت تک پہنچے خیال میرا کملی والیا تیری رفت تک پہنچے خیال میرا بلا تا
شاعری وچ مبالغہ کرنا بڑا شاعر کی مجبوری ہونی اس نے لیکن اتنا ذرا احتیاط کرنی پڑی جلے حضور نے شان مقام آ جائے کیونکہ اتنا جڑا آخری مصرع ہے نا وہ آنے پہ کہ میں اپنی مثال چنے نال کیوں دیاں وہ چند او آ کے سرکار اوہ اشارہ کیتا اپنے قدمہ جا رہا تو سراپا سرتاج انبیاء دی کمی تیرے چ